ਮਾਲਵਾ ਬਰਲੀਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਪੈਨਪਰਾਵ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੀ ਆਪਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਮੋਟੀਵੇਸ਼ਨਲ ਕੋਟ ਜਿਹੜਾ ਕਿ ਮੇਰਾ ਪਰਸਨਲ ਫੇਵਰਟ ਹੈ ਕਹਿੰਦੇ ਮਿਹਨਤ ਇਤਨੀ ਖਾਮੋਸ਼ੀ से ਕਰੋ ਕਿ ਮਿਹਨਤ ਇਤਨੀ ਖਾਮੋਸ਼ੀ से ਕਰੋ ਇਹ ਤੁਹਾਡੀ ਕਾਮਯਾਬੀ ਸ਼ੋਰ ਮਚਾ ਦੇ ਸੋ ਬਹੁਤ ਹੀ ਸੋਹਣੀਆਂ ਸਤਰਾਂ ਤੇ ਬਹੁਤ ਹੀ ਵਧੀਆ ਮੈਸੇਜ ਤੁਹਾਨੂੰ ਦੇ ਰਹੀਆਂ ਨੇ ਜਿਵੇਂ ਕਿ ਹੁਣ ਤੁਸੀਂ ਪੈਨਪ੍ਰਾ ਹੁਣ ਦਿਨ ਰਾਤ ਮਿਹਨਤ ਕਰ ਰਹੇ ਹੋ ਆਪਣੀ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਹਨਾ ਜੀ ਸਾਰੇ ਪੈਨਪ੍ਰਾਵਾਂ ਨੇ ਕਿਸੇ ਨਾ ਕਿਸੇ ਇੰਸਟੀਚਿਊਟ ਦੇ ਪੈਕੇਜਸ ਵੀ ਲੈ ਲਏ ਹੋਣੇ ਆ ਤੇ ਕਿਸੇ ਨਾ ਕਿਸੇ ਥਾਂ ਤੋਂ ਕਹਿੰਦਾ ਬੁੱਕਸ ਵੀ ਖਰੀਦ ਲੀਆਂ ਹੋਣੀਆਂ ਹੈ ਹਨਾ ਤੇ ਬਹੁਤੇ ਬੱਚੇ ਹਜੇ ਸੋਚ ਰਹੇ ਆ ਉਹ ਜਿਹੜੇ ਸੋਚ ਰਹੇ ਹੋ ਹਰ ਹੌਣ ਸੋਚਦੇ ਹੀ ਰਹਿ ਜਾਣਗੇ ਕਿਉਂਕਿ ਉਹਨਾਂ ਨੇ ਐਕਸ਼ਨ ਨਹੀਂ ਕੋਈ ਲਿੱਤਾ ਸੋਚਦੇ ਹੀ ਬੈ ਗੇ ਵੀ YouTube ਤੋਂ ਕਰੀਏ ਜਾਂ ਇੰਸਟੀਚਿਊਟ ਦਾ ਪੈਕ ਲਈ ਫਾਈਨਲ ਹੋ ਰਿਹਾ ਮਗਰ ਜਿਹੜੇ ਬੱਚੇ ਹੁਣ ਇਸ ਦੇ ਉੱਤੇ ਵਰਕ ਕਰ ਰਹੇ ਐ ਐਕਸ਼ਨ ਲੈ ਰਹੇ ਆ ਕੁਛ ਨਾ ਕੁਛ ਕਰ ਰਹੇ ਆ ਡੈਫੀਨੇਟਲੀ ਉਹਨਾਂ ਦੀ ਜਿਹੜੀ ਖਮੋਸ਼ੀ ਖਮੋਸ਼ ਹੋ ਕੇ ਜਿਹੜਾ ਕੰਮ ਕਰ ਰਹੇ ਆ ਮਤਲਬ ਚੁੱਪ ਚਾਪ ਆਪਣੇ ਰਸਤੇ ਨੂੰ ਪੂਰਾ ਕਰ ਰਹੇ ਆ ਤੇ ਇੱਕ ਦਿਨ ਜਦੋਂ ਡੈਸਟੀਨੀ ਤੇ ਪਹੁੰਚ ਜਾਣਗੇ ਤਾਂ ਡੈਫੀਨੇਟਲੀ ਆਪਣੇ ਜਿਹੜੇ ਦੋਸਤ ਮਿੱਤਰ ਆਂਡੀ ਗਵੰਡੀ ਆ ਉਹ ਤੁਹਾਡਾ ਸ਼ੋਰ ਮਚਾ ਕੇ ਦੱਸਣਗੇ ਵੀ ਇਹਨਾਂ ਦਾ ਮੁੰਡਾ ਜਿਹੜਾ ਹੈਗਾ ਉੱਥੇ ਅਫਸਰ ਲੱਗ ਗਿਆ ਜਾਂ ਕਨਸਟੇਬਲ ਭਰਤੀ ਹੋ ਗਿਆ ਜਾਂ ਕਿਸੇ ਵੀ ਭਰਤੀ ਦੇ ਵਿੱਚ ਨੌਕਰੀ ਲੱਗ ਗਿਆ ਸਰਕਾਰੀ ਨੌਕਰੀ ਲੈਣਾ ਅੱਜ ਦੇ ਸਮੇਂ ਦੇ ਵਿੱਚ ਇਹ ਬਹੁਤ ਵੱਡੀ ਅਚੀਵਮੈਂਟ ਹੁੰਦੀ ਆ ਤੁਸੀਂ ਆਪ ਸਮਝਦੇ ਹੋ ਬਾਕੀ ਸਮਝਦਾਰ ਹੋ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਆ ਜਿਵੇਂ ਕਿ ਅਕਸਰ ਭੈਣ ਭਰਾ ਮੈਨੂੰ ਮੈਸੇजेस ਕਰਦੇ ਆ ਵੀ ਸਰ ਜੇਲ ਵਾਰਡਨ ਦੀ ਭਰਤੀ ਜਾਂ ਮੈਟਰਨ ਦੀ ਭਰਤੀ ਜਿਵੇਂ ਕਿ ਆਪਣੀ ਕਦਵਾਵੇਗੀ ਸੋ ਬਹੁਤ ਸਾਰੇ ਬੱਚਿਆਂ ਲਈ ਅੱਜ ਬਹੁਤ ਹੀ ਵੱਡੀ ਇਨਫੋਰਮੇਸ਼ਨ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਠੀਕ ਹੈ ਜੀ 2024 ਦੀ ਜੇਲ ਵਾਰਡਰ ਭਰਤੀ ਬਾਰੇ ਕੁਝ ਜਾਣਕਾਰੀਆਂ ਲੈ ਕੇ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੈ ਵੀ ਦੋਸਤੋ ਵੀ ਅੱਜ ਪਹਿਲਾਂ ਪਹਿਲਾਂ ਤਾਂ ਆਪਾਂ ਬੱਚਿਆਂ ਨੂੰ ਦੱਸਾਂਗੇ ਜੇਲ ਵਾਰਡਰ ਭਰਤੀ ਲਈ ਐਲੀਜੀਬਿਲਟੀ ਕੀ ਚਾਹੀਦੀ ਹੁੰਦੀ ਹੈ ਕਿਉਂਕਿ ਮੈਨੂੰ ਪਤਾ ਹੈ ਵੀ ਬਹੁਤ ਸਾਰੇ ਨਵੇਂ ਵੀ ਦੇਖਦੇ ਹੋਣਗੇ ਇਸ ਵੀਡੀਓ ਨੂੰ ਤੇ ਬਹੁਤ ਸਾਰੇ ਪੁਰਾਣੇ ਵੀ ਹਨਾ ਪੁਰਾਣੇ ਭੈਣ ਭਰਾ ਨੂੰ ਤਾਂ ਸਭ ਪਤਾ ਹੈ ਉਹ ਤਾਂ ਪੁਰਾਣੇ ਖੁੰਡਾ ਉਹਨਾਂ ਨੂੰ ਤਾਂ ਤਿਆਰੀ ਵੀ ਹੋਊਗੀ ਉਹਨਾਂ ਨੂੰ ਤਾਂ ਜਦੋਂ ਮਰਜ਼ੀ ਪੇਪਰ ਮੂਰੇ ਰੱਖ ਦੋ ਦਾ ਇਹ ਪੇਪਰ ਵੀ ਕਹਿੰਦਾ ਭਾਬਾ ਕਨਸਟੇਬਲ ਦੀ ਤਰ੍ਹਾਂ ਓਖਾ ਲੱਗ ਰਿਹਾ ਮਗਰ ਸਭ ਨਾਲੋਂ ਗੁੱਡ ਨਿਊਜ਼ ਇਹ ਹੈ ਇਹ ਪੇਪਰ ਜਿਹੜਾ ਹੈਗਾ ਪੀ ਟ੍ਰਿਪਲ ਐਸ ਬੀ ਕੰਡਕਟ ਕਰਾਂਦੀ ਹੈ ਜਿਹੜੀ ਕਿ ਤੁਹਾਡੇ ਸਾਹਮਣੇ ਮੈਂ ਵੈਬਸਾਈਟ ਖੋਲੀ ਹੈ ਸਬੋਡੀਨੇਟ ਸਰਵਿਸੇਸ ਸਿਲੈਕਸ਼ਨ ਬੋਰਡ ਪੰਜਾਬ ਗਵਰਨਮੈਂਟ ਠੀਕ ਹੈ ਇਹਨਾਂ ਵੱਲੋਂ ਇਹ ਪੇਪਰ ਕੰਡਕਟ ਕਰਾਇਆ ਜਾਂਦਾ ਹੈ ਇਹੀ 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 ਜਿਹੜੇ ਕਹਿੰਦਾ ਭਾਬਾ ਬੋਰਡ ਹੈ ਜਿਹੜਾ ਤੁਹਾਡਾ ਪਟਵਾਰੀ ਐਕਸਾਈਜ਼ ਇਨਸਪੈਕਟਰ ਜਾਂ ਹੋਰ ਤਰ੍ਹਾਂ ਦੇ ਐਗਜ਼ਾਮ ਨੂੰ ਕੰਡਕਟ ਕਰਾਂਦਾ ਹੈ ਸੋ ਇਸ ਤੋਂ ਇਲਾਵਾ ਦੋਸਤੋ ਵੀ ਸਭ ਤੋਂ ਪਹਿਲਾਂ ਆਪਾਂ ਜੇਲ੍ਹ ਵਾਰਡਰ ਭਰਤੀ ਬਾਰੇ ਕੁਝ ਜਾਣਕਾਰੀਆਂ ਤੁਹਾਨੂੰ ਦੇ ਦਈਏ ਤਾਂ ਕਿ ਬਹੁਤ ਸਾਰੇ ਨਵੇਂ ਭੈਣ ਭਰਾ ਜਿਹੜਾ ਉਹਨਾਂ ਨੂੰ ਵੀ ਇਨਫੋਰਮੇਸ਼ਨ ਹੋ ਸਕੇ ਪਹਿਲੀ ਗੱਲ ਆ ਦੋਸਤੋ ਵਾਰਡਨ ਤੇ ਮੈਟਰਨ ਦੇ ਵਿੱਚ ਕੀ ਫਰਕ ਹੈ ਵਾਰਡਨ ਹੁੰਦਾ ਜਿਹੜਾ ਕਿ ਜੈਂਟਲਸ ਲਈ ਵਰਤੇ ਜਾਂਦਾ ਵਰਡ ਤੇ ਮੈਟਰਨ ਹੁੰਦਾ ਫੀਮੇਲਸ ਲਈ ਸੋ ਉਹਨਾਂ ਸਾਰੇ ਭੈਣ ਭਰਾ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਧਿਆਨ ਨਾਲ ਸੁਣੋ ਜੇਲ ਵਾਰਡਰ ਦੀ ਭਰਤੀ ਵਿੱਚ ਵਾਰਡਨ ਨੂੰ ਜ਼ਿਆਦਾ ਰੱਖਿਆ ਜਾਂਦਾ ਤੇ ਮੈਟਰਨ ਜਿਹੜੀ ਹੈਗੀ ਬਹੁਤ ਹੀ ਘੱਟ ਮਤਲਬ ਤੁਹਾਨੂੰ ਪਤਾ ਹੈ ਵੀ 33% ਰੱਖਣੀ ਹੁੰਦੀ ਬਟ ਉਸ ਤੋਂ ਵੀ ਮੈਨੂੰ ਲੱਗਦਾ ਘੱਟ ਚੁਣੀਆਂ ਜਾਂਦੀ ਕਾਰਨ ਕੀ ਹੈ ਕਿਉਂਕਿ ਤੁਹਾਨੂੰ ਪਤਾ ਕ੍ਰਿਮੀਨਲਜ਼ ਨਾਲ ਮਤਥਾ ਬਣਨਾ ਹੁੰਦਾ ਤੇ ਦੂਸਰੀ ਗੱਲ ਹੈ ਵੀ ਇੱਥੇ ਜਿਹੜੇ ਸੈੱਲ ਹੈਗੇ ਸੈੱਲ ਦੇ ਵਿੱਚ ਮਤਲਬ ਜੇਲ ਦੇ ਵਿੱਚ ਆਪਾਂ ਗੱਲ ਕਰਦੇ ਆ ਉਥੇ ਜ਼ਿਆਦਾਤਰ ਜੈਂਟਸ ਕ੍ਰਿਮੀਨਲ ਜ਼ਿਆਦਾ ਹੁੰਦੇ ਆ ਤੇ ਫੀਮੇਲ ਕ੍ਰਿਮੀਨਲਜ਼ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਬਹੁਤ ਹੀ ਰੇਅਰ ਐਕਟੀਵਿਟੀਜ਼ ਹੁੰਦੀ ਆ ਪੰਜਾਬ ਦੇ ਵਿੱਚ ਤਾਂ ਖਾਸ ਕਰ ਬਾਕੀ ਬਾਹਰਲੀਆਂ ਸਟ ਪਲਸ 2 ਕੀਤੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਵਾਰਡਨ ਲਗਣਾ ਹੈ ਠੀਕ ਹੈ ਕਨਸਟੇਬਲ ਰੈਂਕ ਦੀ ਭਰਤੀ ਹੁੰਦੀ ਹੈ ਕਨਸਟੇਬਲ ਹੀ ਕਹਿੰਦੇ ਆ ਵਾਰਡਨ ਨੂੰ ਠੀਕ ਹੈ ਤੇ ਦੋਸਤੋ ਦੇਖੋ 10th ਪਲਸ 2 ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਤੇ ਠੀਕ ਹੈ ਜੀ ਪੰਜਾਬੀ ਸਬਜੈਕਟ ਤੁਹਾਡਾ 10ਵੀਂ ਦੇ ਵਿੱਚ ਕੀਤਾ ਹੋਣਾ ਚਾਹੀਦਾ এডੂਕੇਸ਼ਨ ਕੁਆਲੀਫਿਕੇਸ਼ਨ ਦੇ ਬੇਸ ਤੇ ਕਹਿ ਰਿਹਾ ਤੇ ਦੂਸਰੀ ਗੱਲ ਹੈ ਵਧੀਆ ਰਿਕੋਗਨਾਈਜ਼ ਸਕੂਲ ਤੋਂ ਕੀਤਾ ਹੋਣਾ ਚਾਹੀਦਾ ਹੈ ਪੀਐਸਈਬੀ ਜਾਂ ਫਿਰ ਕਹਿੰਦਾ ਪਾਵ ਸੀਬੀਐਸਸੀ ਆਈਸੀਐਸ ਜਾਂ ਕਿਸੇ ਵੀ ਸਟੇਟ ਤੋਂ ਕੀਤਾ ਤਾਂ ਪਲੀਜ਼ ਰੈਗੂਲਰ ਹੋਵੇ ਤੇ ਵਧੀਆ ਮਤਲਬ ਕਹਿੰਦਾ ਸਾਰੇ ਸਰਟੀਫਿਕੇਟ ਤੁਹਾਨੂੰ ਮਿਲੇ ਹੋਣ ਉਸ ਤਰੀਕੇ ਨਾਲ ਤੁਹਾਡੀ ਭਰਤੀ ਦੇ ਵਿੱਚ ਤੁਸੀਂ ਫਾਰਮ ਭਰ ਸਕਦੇ ਹੋ ਠੀਕ ਹੈ ਜੀ ਫਿਜ਼ੀਕਲ ਟੈਸਟ ਇਸ ਦਾ ਬਹੁਤ ਸੌਖਾ ਹੁੰਦਾ ਹੈ ਜੀ 5 ਫੁੱਟ 7 ਇੰਚ ਇਹਨਾਂ ਨੇ ਕੱਦ ਮੰਗਿਆ ਮੁੰਡਿਆਂ ਦਾ 5 ਫੁੱਟ 4 ਇੰਚ ਜਾਂ 4.5 ਇੰਚ ਕਹਿੰਦਾ ਪਾਉ ਇਹਨਾਂ ਨੇ ਕਹਿੰਦਾ ਪਾ ਡੋਗਰਾ ਤੇ ਗੁਰਖਸ ਦਾ ਮੰਗਿਆ ਤੇ ਕੁੜੀਆਂ ਦੇ ਜਿਹੜਾ ਕੱਦ ਹੁੰਦਾ ਇਸ ਤੋਂ 5 ਫੁੱਟ 2 ਜਾਂ 1 ਲਾ ਕੇ ਚੱਲੋ ਕਿਉਂਕਿ ਇਸ ਦੇ ਵਿੱਚ ਸਿਰਫ ਮੇਲ ਬਾਰੇ ਹਜੇ ਦੱਸਿਆ ਤੁਹਾਨੂੰ ਮੈਂ ਆਲਰੇਡੀ ਕਿਹਾ ਵੀ ਫੀਮੇਲ ਦੀ ਬਹੁਤ ਘੱਟ ਡਿਮਾਂਡ ਹੁੰਦੀ ਹੈ ਇਸ ਭਰਤੀ ਵਿੱਚ ਬਟ ਮੇਲ ਕੈਂਡੀਡੇਟਸ ਨੂੰ ਜ਼ਿਆਦਾ ਰੱਖਿਆ ਜਾਂਦਾ ਸੋ ਇਸੇ ਕਰਕੇ ਚੈਸਟ ਜਿਹੜੀ ਹੈਗੀ ਤੁਹਾਡੀ ਉਹ 33 ਅਨਐਕਸਪੈਂਡ ਮਤਲਬ ਬਿਨਾ ਫੁਲਾਈ ਤੁਹਾਡੀ 33 ਹੋਣੀ ਚਾਹੀਦੀ ਹੈ ਤੇ 34.5 ਹੋਣੀ ਚਾਹੀਦੀ ਹੈ ਤੁਹਾਡੀ ਫੁ ਵਿਜਨ ਤੁਹਾਡਾ ਨੋਰਮਲ ਹੋਵੇ ਵਿਦ ਆਈ অর ਵਿਦਾਊਟ ਅ ਆਈਟਿਕ ਮਤਲਬ ਵਿਦਾਊਟ ਸਪੈਕਸ ਸੋਰੀ ਤੇ ਵਿਦ ਮਤਲਬ ਕਿ ਸਪੈਕਸ ਤੁਸੀਂ ਵਧੀਆ ਵਿਜਨ ਦੇਖ ਰਹੇ ਹੋ ਜਾਂ ਵਿਦਾਊਟ ਜੋ ਵੀ ਤੁਹਾਡੇ ਲੱਗੇ ਆ ਬਸ ਵਿਜਨ ਸਹੀ ਹੋਣਾ ਚਾਹੀਦਾ ਬਸ ਵੀ ਮਤਲਬ ਕਲਰ ਬ੍ਰਾਈਂਡ ਨਹੀਂ ਹੋਣਾ ਚਾਹੀਦਾ ਮਤਲਬ ਐਦਾਂ ਰੰਗ ਪਛਾਣ ਆਣੇ ਚਾਹੀਦੇ ਆ ਨਾ ਹੋਵੇ ਕਿਤੇ ਤੁਸੀਂ ਅੱਖਾਂ ਦੇ ਐਨਕਾਂ ਲਾਣੇ ਉਹਦੇ ਨਾਲ ਕਲਰ ਆਲੀਆਂ ਐਂ ਕ ਵੀ ਤੁਹਾਨੂੰ ਲਾਨੀਆਂ ਪੈਂਦੀਆਂ ਜਿਹੜੀਆਂ ਕਿ ਬਹੁਤ ਹੀ ਰੇਅਰ ਕੇਸਿਸ ਚ ਦੇਖਣ ਨੂੰ ਮਿਲਦੀਆਂ ਹੁਣ ਤਾਂ ਨਵੇਂ ਬੱਚੇ ਸੁਣ ਵੀ ਰਹੇ ਹੋਣਗੇ ਵੀ ਇਹ ਚੀਜ਼ ਕੀ ਹੋ ਗਈ ਹੈ ਨਾ ਵੀ ਜਿਹੜੀ ਸਰ ਦੱਸ ਰਹੇ ਆ ਵੀ ਕਲਰ ਬਲਾਈਂਡ ਕੀ ਹੁੰਦਾ ਉਹ ਚੀਜ਼ ਤੁਹਾਨੂੰ ਦੱਸ ਦਵਾਂ ਤੁਹਾਨੂੰ ਹੁਣ ਜੇ ਹੈ ਨਹੀਂ ਪ੍ਰੋਬਲਮ ਫੇਰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਰਚ ਕਰਨ ਦੀ ਲੋੜ ਨਹੀਂ ਕਿਤੇ ਤੇ ਅਗਲੀ ਗੱਲ ਆ ਦੋਸਤੋ ਇਸ ਦਾ ਫਿਜ਼ੀਕਲ ਟੈਸਟ ਬਹੁਤ ਗਜਬ ਹੁੰਦਾ ਮਤਲਬ ਕਹਿਣ ਦਾ ਪਾ ਫਿਜ਼ੀਕਲ ਟੈਸਟ ਜੋ ਤੁਸੀਂ ਦੇਖੋਗੇ ਤੁਸੀਂ ਕਹੋਗੇ ਇਹ ਹੀ ਹੁੰਦਾ ਹੈ ਜੋ ਆਕਾਂ ਨਾਲ ਲੱਗਦਾ ਬਟ ਹਾਂ ਦੋਸਤੋ ਹਰੇਕ ਐਕਟੀਵਿਟੀ ਜ਼ਰੂਰੀ ਨਹੀਂ ਆਪਾਂ ਕਹੀ 100 ਮੀਟਰ ਦੀ ਆਪਾਂ ਸਪ੍ਰਿੰਟ ਲਾਣੀ ਹੈ ਉਹ ਵੀ 15 ਸੈਕਿੰਡ ਦੇ ਵਿੱਚ ਇੱਕ ਵਾਰ ਚਾਂਸ ਮਿਲਦਾ ਸੋ 15 ਸੈਕਿੰਡ ਦਾ ਜੇਕਰ ਤੁਸੀਂ ਟਾਈਮਿੰਗ ਕਰਦੇ ਹੋ 100 ਮੀਟਰ ਦਾ ਕਰਦੇ ਹੋ ਤਾਂ ਬਹੁਤ ਹੀ ਵਧੀਆ ਹੈ ਤੁਹਾਡੇ ਕੋਲ ਸ਼ੋਰਟ ਆਉਟਪੁੱਟ ਕੀ ਹੁੰਦਾ ਹੈ ਗੋਲਾ ਸੁੱਟਣਾ ਠੀਕ ਹੈ ਗੋਲੇ ਦਾ ਇੱਕ 7.5 ਕਿਲੋ ਦੇ ਕਰੀਬ ਭਾਰ ਕੁੜੀ ਮੁੰਡਿਆਂ ਨੂੰ ਫੜਾਇਆ ਜਾਂਦਾ ਹੈ ਤੇ ਕੁੜੀਆਂ ਨੂੰ 4.5 ਕਿਲੋ ਦੇ ਕਰੀਬ ਹੁੰਦਾ ਸ਼ਾਇਦ ਗੋਲਾ ਤੇ ਇਹ 5.5 ਮੀਟਰ ਤੱਕ ਤਿੰਨ ਚਾਂਸ ਮਿਲਦੇ ਆ ਸੁੱਟਣ ਦੇ ਰੋਪ ਕਲਾਈਮਿੰਗ ਹੁੰਦੀ ਹੈ 15 ਫੁੱਟ ਤੱਕ ਤੁਸੀਂ ਚੜ ਕੇ ਤਿੰਨ ਵਾਰ ਚਾਂਸ ਮਿਲਦੇ ਆ ਉੱਪਰ نیچے ਆਣਾ ਠੀਕ ਹੈ ਕੋਈ ਤਰੀਕਾ ਨਹੀਂ ਵੀ ਤੁਸੀਂ ਵੀ ਮਤਲਬ ਕਿ ਛੂਣਾ ਕਿਸੇ ਨੂੰ ਛੂਣਾ ਬਸ ਤੁਸੀਂ ਉੱਪਰ 15 ਫੁੱਟ ਚੜ ਕੇ ਆਣਾ ਬਾਕੀ ਐਕਸ ਸਰਵਿਸਮੈਨ ਲਈ ਵੀ ਸੇਮ ਹੀ ਹੁੰਦਾ ਥੋੜਾ ਬੋਤਾਂ ਫਰਕ ਹੋਊਗਾ ਡਿ ਐਕ ਸਰਵਿਸਮੈਨ ਵੀ ਕਾਫੀ ਅਜਿ ਦੇ ਵਿੱਚ ਭਰਤੀ ਹੁੰਦੇ ਆ। ਬਾਕੀ ਦੋਸਤੋ ਆ ਮੈਟਰਨ ਦੀ ਭਰਤੀ ਦਾ ਵੀ ਕੁਝ ਸੇਮ ਕਰਾਈਟਰੀਆ ਹੀ ਆ। ਠੀਕ ਹੈ ਜੀ ਲਗਭਗ 5 ਫੁੱਟ 3 ਇੰਚ ਕੱਦ ਮੰਗਿਆ। 50 ਕਿਲੋ ਦੇ ਅਬਵ weight ਹੋਣਾ ਚਾਹੀਦਾ। ਵਿਜ਼ਨ ਵਗੈਰਾ ਬਾਕੀ ਤੁਹਾਨੂੰ ਦੱਸਿਆ 18 ਸੈਕਿੰਡ ਦਾ ਇਹਨਾਂ ਨੂੰ ਸਮਾਂ ਮਿਲਦਾ। 4 ਮੀਟਰ ਇਹਨਾਂ ਨੇ ਗੋਲਾ ਸੁੱਟਣਾ ਹੁੰਦਾ 5.5 ਕਿਲੋ ਦਾ ਗੋਲਾ ਹੁੰਦਾ ਠੀਕ ਹੈ ਕਲਾਈਮਿੰਗ ਪਾਰਾ ਫਿੱਟ ਕਰਨੀ ਆ। ਤੇ ਬਾਕੀ ਐਕਸ ਸਰਵਿਸ ਮੈਂਨ ਦਾ ਵੀ ਸੇਮ ਜਿਹਾ ਹੀ ਹੁੰਦਾ ਠੀਕ ਹੈ ਜੀ ਹੁਣ ਦੋਸਤੋ ਦੇਖੋ ਸਭ ਨਾਲੋਂ ਮੇਨ ਇੰਪੋਰਟੈਂਟ ਕੀ ਹੈ ਵੀ ਜੇਲ ਬਾਰਡਰ ਦੀ ਭਰਤੀ ਜਿਹੜੀ ਹੈਗੇ 2021 ਚ ਆਈ ਸੀ ਤੇ ਹੁਣ 2024 ਦੇ ਵਿੱਚ ਵੇਖਣ ਨੂੰ ਮਿਲਣੀ ਹੈ ਜਿਹੜੇ ਰਾਖਵੇਂ ਕੋਟੇ ਆ ਉਹਨਾਂ ਪੈਨਪਰਾਂ ਨੂੰ ਮੈਂ ਬੇਨਤੀ ਕਰੂੰਗਾ ਪਹਿਲਾਂ ਤਾਂ ਵੀ ਜਿਨੇ ਪੈਨਪਰਾਂ ਨੇ ਇਸੇ ਸਰਟੀਫਿਕੇਟ ਨੂੰ ਅਪਡੇਟ ਨਹੀਂ ਕਰਾਇਆ ਉਹ ਕਰਾ ਲੈਣ ਕਿਉਂਕਿ ਤੁਹਾਡੇ ਲਈ ਬਹੁਤ ਅਹਿਮ ਜ਼ਰੂਰੀ ਹੈ ਜਨਰਲ ਲਈ 18 ਤੋਂ 27 ਸਾਲ ਦੀ ਏਜ ਮੰਗੀ ਜਾਂਦੀ ਹੈ ਠੀਕ ਹੈ ਜੀ ਤੇ 2024 ਦੇ ਵਿੱਚ ਤੁਹਾਡੀ ਇਹ ਭਰਤੀ ਵੇਖਣ ਨੂੰ ਮਿਲਣੀ ਹੈ ਕਾਰਨ ਕੀ ਹੁਣ ਧਿਆਨ ਇਸ ਦੇ ਭਰਤੀ ਦੇ ਵਿੱਚ ਜਨਰਲ ਕੈਟਾਗਰੀ ਨੂੰ ਭਾਵੇਂ 27 ਸਾਲ ਮਿਲਿਆ ਬਟ ਹੋਰਾਂ ਕੈਟਾਗਰੀ ਜਿਵੇਂ ਕਿ ਸਕੀਡਿਊਲ ਕਾਸਟ ਬੈਕਵਰਡ ਕਲਾਸਿਸ ਨੂੰ 32 ਸਾਲ ਤੱਕ ਉਮਰ ਮਿਲੀ ਹੈ ਠੀਕ ਹੈ ਜੀ ਗਵਰਨਮੈਂਟ EMPLOYE ਕਿਤੇ ਕੱਪ ਕਰਕੇ ਆਇਆ ਸੈਂਟਰ ਤੇ ਸਟੇਟ ਦੇ ਵਿੱਚ ਨੌਕਰੀ ਕਰਕੇ ਉਹਨੂੰ 45 ਸਾਲ ਤੱਕ ਕੰਮ ਮਿਲਦਾ ਠੀਕ ਹੈ ਜੀ 45 ਸਾਲ ਦਾ ਫਾਰਮ ਭਰ ਸਕਦਾ ਤੇ ਹੋਰ ਵੀ ਕਈ ਜਿਹੜੇ ਹੈਗੇ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਕ੍ਰਾਈਟੇਰੀਆ ਸਕਰੀਨਸ਼ਾਟ ਲੈ ਸਕਦੇ ਹੋ ਤੇ ਦੇਖ ਸਕਦੇ ਹੋ ਤੁਹਾਡਾ ਕਿਹੜੇ ਕੈਟਾਗਰੀ ਵਿੱਚ ਆਉਂਦਾ ਉਸ ਦੇ ਅਕੋਰਡਿੰਗ ਤੁਹਾਨੂੰ ਉਮਰ ਏਜ ਦਾ ਫੈਕਟਰ ਦਿੱਤਾ ਗਿਆ ਉਸ ਅਕੋਰਡਿੰਗ ਤੁਸੀਂ ਪਨੀ ਇਸ ਦਾ ਕਾਰਨ ਕੀ ਹੈ ਵੀ ਦੋਸਤੋ ਆਹ ਪਿੱਛੇ ਥੱਲੇ ਕੁੜੀਆਂ ਦਾ ਮੈਂ ਦਿੱਤਾ ਠੀਕ ਹੈ ਡਾਟਾ ਵੀ ਏਜ ਫੈਕਟਰ ਕਿੰਨਾ ਤੁਸੀਂ ਪੜ ਸਕਦੇ ਹੋ ਮੈਂ ਤਾਂ ਹੀ ਹੋਲੀ ਹੋਲੀ ਥੱਲੇ ਕਰ ਰਿਹਾ ਹਾਂ ਕਿਉਂਕਿ ਜੇ ਮੈਂ ਕੱਲਾ ਕੱਲਾ ਪੜਨ ਲੱਗਿਆ ਵੀਡੀਓ ਲੰਮੀ ਜਾਊਗੀ ਤੇ ਤੁਸੀਂ ਬੋਰ ਹੋ ਜਾਓਗੇ। ਬਾਕੀ ਫੀਸ ਵਗੈਰਾ ਤੁਹਾਨੂੰ ਪਤਾ ਹੈ 1500 2200 ਦੀ ਫੀਸ ਠੀਕ ਹੈ ਜਿਹੜੀ ਵੀ ਤੁਹਾਡੇ ਅਕੋਰਡਿੰਗ ਕੈਟਾਗਰੀ ਘਟਾਵਦਾ ਹੋਊਗੀ। ਜਰਨ ਕੈਟਾਗਰੀ ਭਾਵੇਂ ਨੱਪੀ ਜਾਂਦੀ ਹੈ ਵਿਚਾਰੀ 1000 ਰੁਪਏ ਫੀਸ ਦਿੰਦੀ ਹੈ। ਹੁਣ 1200 ਕਰ ਦੇਣਗੇ ਵੱਧ ਤੋਂ ਵੱਧ ਕਿਉਂਕਿ ਹੁਣ ਭਗਵੰਤਮਾਨ ਸਰਕਾਰ ਹੈ ਕੋਸ਼ਿਸ਼ ਕਰਦੀ ਹੈ ਵੀ ਜਿੰਨੀ ਵੱਧ ਫੀਸ ਹੋਗੀ ਉਹਨੇ ਘੱਟ ਫਾਰਮ ਭਰਨਗੇ ਲੋਕ ਨਹੀਂ ਤਾਂ ਜੇ ਘੱਟ ਫੀਸ ਹੋਗੀ ਤਾਂ ਹਰ ਕੋਈ ਮਤਲਬ ਕਿ ਜਾ ਕੇ ਕੈਫੇ ਤੇ ਖੜਾ ਹੁੰਦਾ। ਮਗਰ ਗੱਲ ਇਹ ਬਹੁਤ ਮ ਸੋ ਉਹ ਪੁੱਕੇ ਮਤਮਨ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਜਰਨਲ ਕੈਟਾਗਰੀ ਨਾਲੋਂ ਹੋਰਾਂ ਕੈਟਾਗਰੀਆਂ ਵਿੱਚ ਥੋੜਾ ਇਹ ਵਾਧਾ ਕਰਨ ਤਾਂ ਕਿ ਭਲਾ ਹੋ ਸਕੇ ਠੀਕ ਹੈ ਜੀ ਸੋ ਬਾਕੀ ਸਾਡੇ ਤੋਂ ਉਮੀਦ ਹੈ ਵੀ ਹਰੇਕ ਨੂੰ ਮਤਲਬ ਕਿ ਨੌਕਰੀ ਭਰਨੀ ਚਾਹੀਦੀ ਹੈ ਬਟ ਫਿਰ ਵੀ ਇੱਕ ਸੋਚ ਹੋਣੀ ਚਾਹੀਦੀ ਹੈ ਭਗਵੰਤ ਮਾਨ ਸਰਕਾਰ ਦੀ ਬਾਕੀ 네ਗਟਿਵ ਮਾਰਕਿੰਗ ਇਸ ਪੇਪਰ ਵਿੱਚ ਕੋਈ ਨਹੀਂ ਹੁੰਦੀ ਨਾਰਮਲਾਈਜੇਸ਼ਨ ਜ਼ਰੂਰ ਹੁੰਦੀ ਹੈ 네ਗਟਿਵ ਮਾਰਕਿੰਗ ਜਿਵੇਂ ਕਿ ਆਪਾਂ ਕਹਿੰਦੇ ਹੋਂ ਨੇ 네ਗਟਿਵ ਮਾਰਕਿੰਗ ਹੋਗੀ ਬਿਲਕੁਲ ਨਹੀਂ ਹੁੰਦੀ ਜਿਵੇਂ ਕਾਂਸਟੇਬਲ ਦਾ ਪੇਪਰ ਹੁੰਦਾ ਹੈ ਤੁਹਾਡਾ ਇੱਕੋ ਦਿਨ 'ਚ ਸਾਰਾ ਪੇਪਰ ਕੰਡਕਟ ਕਰਾਇਆ ਜਾਉ ਆਫਲਾਈਨ ਪੇਪਰ ਹੁੰਦਾ ਜਿਵੇਂ ਕਿ ਪਿਛਲੇ ਸਾਲਾਂ 'ਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੂੰ ਬਲੌਕ ਕੀਤਾ ਗਿਆ ਸੀ ਇਸ ਪੇਪਰ ਕੰਡਕਟ ਕਰਾਣ ਲਈ ਯੂਨੀਵਰਸਿਟੀਆਂ ਦੇ ਵਿੱਚ ਬੁਲਾਇਆ ਗਿਆ ਸੀ ਘੱਮ ਸੇਮ ਹਜ਼ਾਰਾਂ ਦੀ ਇਤਦਾਦ ਦੇ ਵਿੱਚ ਬੱਚੇ ਇਸ ਪੇਪਰ ਨੂੰ ਕੰਡਕਟ ਕਰਨ ਗਏ ਸੀ ਮਤਲਬ ਦੇਣ ਗਏ ਸੀ ਪੇਪਰ ਪੇਪਰ ਕਾਫੀ ਈਜ਼ੀ ਸੀ ਬਟ ਬੱਚੇ ਦੀ ਲੈਵਲ ਦੀ ਤਿਆਰੀ ਹੈ ਨਹੀਂ ਸੀ ਲਗਭਗ ਮੈਂ ਦੇਖਣ ਨੂੰ ਮਿਲਿਆ ਅ ਇਸਦੀ ਜਿਹੜੀ ਪਰਸੈਂਟੇਜ ਗਈ ਹੈ 35 ਤੋਂ 40 ਦੇ ਨੰਬਰਾਂ ਦੇ ਵਿੱਚ ਵਿੱਚ ਗਈ ਹੈ ਕਾਰਨ ਇਹ ਸੀ ਬਹੁਤ ਸਾਰੇ ਬੱਚੇ ਉਸ ਸਮੇਂ ਪ੍ਰਪੇਅਰ ਨਹੀਂ ਸੀ ਸਡਨਲੀ ਭਰਤੀ ਜਿਹੜੀ ਆ ਗਈ ਸੀ ਮਹੀਨੇ ਡੇਢ ਮਹੀਨੇ ਵਿੱਚ ਜਿਹੜਾ ਹੈਗਾ ਤਿਆਰੀ ਕਰਨੀ ਸੀ ਉਹ ਮਹੀਨੇ ਡੇਢ ਮਹੀਨੇ ਵਿੱਚ ਤਾਂ ਦੇਖੋ ਦੇਖੋ ਦੋਸਤੋ ਪਰਾਣਾ ਕੁੰਡ ਹੋਵੇ ਨਵਾਂ ਕੁੰਡ ਹੋਵੇ ਉਹ ਵੀ ਨਹੀਂ ਪੇਪਰ ਕਰੈਕ ਕਰ ਸਕਦਾ ਸਿਰਫ 33-40 ਨੰਬਰ ਵਾਲਾ ਪਾਸ ਕੀਤਾ ਸੀ ਜਨਰਲ ਕੈਟਾਗਰੀ ਦਾ ਵੀ ਤੁਸੀਂ ਆਪ ਦੇਖ ਲਓ ਪਿਛਲੀ ਤੁਸੀਂ ਪਰਸੈਂਟੇਜ ਕੱਢ ਸਕਦੇ ਹੋ ਹਜੇ ਤੱਕ ਰਿਜ਼ਲਟ ਪੈਂਡਿੰਗ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤੁਸੀਂ ਬਟ ਫਿਰ ਵੀ ਦੋਸਤੋ ਤੁਹਾਨੂੰ ਇੱਕ ਵਧੀਆ ਜੋਬ ਮਿਲ ਰਹੀ ਹੈ ਉਹ ਵੀ ਵਧੀਆ ਇੱਕ ਸੈੱਲ ਦੇ ਵਿੱਚ ਮੇਨ ਗੱਲ ਕ੍ਰਾਈਟਰੀਆ ਇਹੀ ਹੈ ਦੋਸਤੋ ਵੀ ਨਾ ਇਹ ਜੋਬ ਦੇ ਵਿੱਚ ਕ੍ਰਿਮੀਨਲ ਐਕਟੀਵਿਟੀਜ਼ ਜ਼ਿਆਦਾ ਹੁੰਦੀਆਂ ਤੇ ਤੁਹਾਡਾ ਮੱਥਾ ਜਿਹੜਾ ਗੈਂਗਸਟਰਾਂ ਨਾਲ ਪੈਂਦਾ ਸੋ ਜਿਸ ਕਰਕੇ ਤੁਹਾਨੂੰ ਇੱਕ ਮੁਸ਼ਕਲ ਜ਼ਰੂਰ ਆ ਸਕਦੀ ਹੈ ਵੀ ਤੁਸੀਂ ਇਸ ਦੇ ਨਾਲ ਆਪਣੀ ਆਪਣੇ ਆਪ ਦੀ ਜਾਨ ਖਤਰੇ 'ਚ ਜੂ ਰ ਪਾ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਵੀ ਆਪਾਂ ਕਾਮਨ ਜਿਹੇ ਇਨਸਾਨ ਆ ਮੀਡਲ ਕਲਾਸ ਫੈਮਿਲੀ ਤੋਂ ਆਏ ਆ ਤੇ ਉੱਥੇ ਵੱਡੇ ਵੱਡੇ ਘਰਾਨਿਆਂ ਦੇ ਗੈਂਗਸਟਰ ਵਗੈਰਾ ਜਿਹੜੇ ਵੀ ਹੈਗੇ ਤੁਹਾਨੂੰ ਉੱਥੇ ਮਤਲਬ ਕਿ ਆਫਰ ਦਿੰਦੇ ਆ ਵੀ ਅਸੀਂ ਤੁਹਾਨੂੰ 50000 ਦਵਾਂਗੇ ਜਾਂ 60000 ਰੁਪਏ ਦਵਾਂਗੇ ਤੁਸੀਂ ਸਾਡਾ ਇੰਨਾ ਕੰਮ ਕਰ ਦੋ ਜੇ ਆਪਣੇ ਤੋਂ ਨਹੀਂ ਹੁੰਦਾ ਤਾਂ ਗੈਂਗਸਟਰ ਆਲਰੇਡੀ ਆਪਣੇ ਨਾਲ ਥ੍ਰੈਟਨਿੰਗ ਇਹੋ ਜੀਆਂ ਚੀਜ਼ਾਂ ਵਾਪਰਦੀਆਂ ਇਹਨਾਂ ਚੀਜ਼ਾਂ ਤੋਂ ਡਰ ਕੇ ਬਹੁਤ ਸਾਰੇ ਬੱਚੇ ਪਿਆਤਿਆਂ ਨੂੰ ਨਹੀਂ ਪਰਦੇ ਮਗਰ ਜੇ ਤੁਸੀਂ ਤਨਖਾਹ ਲਈ ਜਾਂ ਕਹਿੰਦਾ ਬਬ ਆਪਣਾ ਕੈਰੀਅਰ ਸੈੱਟ ਕਰਨਾ ਚਾਹੁੰਦੇ ਹੋ ਵਧੀਆ ਥਾਂ ਤੇ ਦਾ ਮਾੜੀ ਵੀ ਨਹੀਂ ਜੋ ਕਿਉਂਕਿ ਅੱਜਕੱਲ ਸੈੱਲ ਬਹੁਤ ਸਖਤ ਹੋ ਗਿਆ ਇਸ ਮਤਲਬ ਕਾਫੀ ਕਾਰਵਾਈਆਂ ਵਧੀਆਂ ਹੋ ਰਹੀਆਂ ਕੋਈ ਇੰਨਾ ਖਤਰੇ ਵਾਲੀ ਗੱਲ ਨਹੀਂ ਮਗਰ ਪਹਿਲਾਂ ਜਿਹੜੀਆਂ ਇਹ ਚੀਜ਼ਾਂ ਸੁਣਨ ਨੂੰ ਮਿਲੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤਾਂ ਕਿ ਬੱਚੇ ਨੂੰ ਪਤਾ ਲੱਗ ਸਕੇ ਵੀ ਇਹ ਚੀਜ਼ਾਂ ਹੈਗੀਆਂ ਜੇ ਤੁਸੀਂ ਫੋਰਸ ਉਹ ਕਰ ਸਕਦੇ ਹੋ ਮਤਲਬ ਫੋਕ ਇਹਨਾਂ ਨੂੰ ਦੇਖ ਸਕਦੇ ਹੋ ਤਾਂ ਡੈਫੀਨਿਟਲੀ ਤੁਸੀਂ ਇਸ ਭਰਤੀ ਨੂੰ ਪਰੋ ਬਾਕੀ ਇਸ ਭਰਤੀ ਦੇ ਆਉਣ ਦਾ ਅਨੁਮਾਨ ਮੈਂ ਤੁਹਾਨੂੰ ਦੱਸ ਦਵਾਂ ਵੀ ਇਲੈਕਸ਼ਨ ਤੋਂ ਬਾਅਦ ਜਿਹੜਾ ਸਤੰਬਰ ਅਕਤੂਬਰ ਤੱਕ ਤੁਹਾਨੂੰ ਇਸ ਦੇ ਨੋਟੀਫਿਕੇਸ਼ਨ ਵੇਖਣ ਨੂੰ ਮਿਲ ਸਕਦੇ ਆ ਕਿਉਂਕਿ 2021 ਤੋਂ ਬਾਅਦ ਹੁਣ ਭਰਤੀ ਇਹ ਵੇਖਣ ਨੂੰ ਮਿਲਣੀ ਹੈ ਬਿਲਕੁਲ ਵੀ ਬੱਚੋ ਇਸ ਦੇ ਪਿੱਛੇ ਨਾ ਹਮੇਸ਼ਾ ਕਹਿੰਦਾ ਵਾ ਦੂਰ ਨਾ ਹੋ ਇਸ ਭਰਤੀ ਨੂੰ ਲੈ ਕੇ ਵੀ ਆਣਾ ਸੋਚੋ ਵੀ ਜੇਲ ਵਾਟਰ ਦੀ ਭਰਤੀ ਹੈ ਪਤਾ ਨਹੀਂ ਕਿ ਹੋ ਜੀ ਹੋਗੀ ਸੇਮ ਟੂ ਸੇਮ ਕੌਨਸਟੇਬਲ ਵਾਲਾ ਕ੍ਰਾਈਟੇਰੀਆ ਬਸ ਗੱਲ ਇਹ ਹੈ ਡਿਊਟੀ ਦਾ ਟਾਈਮਿੰਗ ਵਗੈਰਾ ਡਿਫਰੈਂਟ ਹੁੰਦਾ 8 ਘੰਟੇ ਦੀ ਡਿਊਟੀ ਤੇ ਬਾਕੀ ਤਨਖਾਹ ਵੀ ਠੀਕ ਹੁੰਦੀ ਹੈ ਇੱਕ ਇੱਕ ਥਾਂ ਤੇ ਤੁਸੀਂ ਆਪਣੀ ਡਿਊਟੀ ਨਿਭਾਣੀ ਹੁੰਦੀ ਹੈ ਜਾਂ ਫਿਰ ਜੇਲਾਂ ਤੋਂ ਜੇਲਾਂ ਮਤਲਬ ਤੁਹਾਨੂੰ ਅਲੱਗ-ਅਲੱਗ ਜੇਲ੍ਹ ਦੇ ਵਿੱਚ ਪ੍ਰਮੋਟ ਕੀਤਾ ਜਾ ਸਕਦਾ ਹੈ। ਬਾਕੀ ਉਮੀਦ ਕਰਦਾ ਸਾਰੇ ਭੈਣ ਭਰਾਵਾਂ ਨੂੰ ਸਮਝ ਆ ਗਈ ਹੋਗੀ। ਤੇ ਇਹ ਭਰਤੀ ਸਤੰਬਰ-ਅਕਤੂਬਰ ਤੱਕ ਤੁਹਾਨੂੰ ਸ਼ਾਇਦ ਨਜ਼ਰੀ ਤੁਹਾਡੇ ਦੇਖਣ ਨੂੰ ਮਿਲੇ। ਸੋ ਤਿਆਰੀ ਕਰਦੇ ਰਹੋ ਪਟਵਾਰੀ ਜਾਂ ਇਹਦੇ ਵਿੱਚੋਂ ਇੱਕ 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 ਨਾ ਇੱਕ ਭਰਤੀ ਪਹਿਲਾਂ ਆਣੀ ਹੈ। ਸੋ ਮੈਂ ਬੇਨਤੀ ਕਰੂੰਗਾ ਸਾਰੇ ਹੀ ਭੈਣ ਭਰਾਵਾਂ ਨੂੰ ਪਲੀਜ਼ ਆਪਣੀ ਤਿਆਰੀ ਖਿੱਚ ਲਵੋ। ਸੇਮ ਸਿਲੇਬਸ ਹੈ। ਸਿਲੇਬਸ ਦੇ ਵਿੱਚ ਕੋਈ ਫਰਕ ਨਹੀਂ ਇਹਨਾਂ ਦੇ। ਠੀਕ ਹੈ ਜੀ। ਸੋ ਮਿਲਦੇ